ਤੇ ਮੇਰੇ ਭਾਈ ਜੀ ਕੀਰਤਨਪਾਲ ਸਿੰਘ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਔਰ ਸਾਡੀ ਗੱਲਬਾਤ ਦਾ ਵਿਸ਼ਾ ਆਇਆ ਗਾਲਾਂ ਪੰਜਾਬੀ ਕਲਚਰ 'ਚ ਉਰਦੂ ਕਲਚਰ 'ਚ ਜਾਂ ਹਿੰਦੀ ਕਲਚਰ 'ਚ ਉਹਦੇ ਅਧੀਨ ਕੋਈ ਵੀ ਧਰਮ ਆਉਂਦਾ ਹੋਵੇ ਸਿੱਖ ਹਿੰਦੂ ਮੁਸਲਿਮ ਈਸਾਈ ਇਹਨਾਂ ਦੀ ਡੇਲੀ ਕੋਲੋਕਿਊਲ ਲੈਂਗੁਏਜ ਦੇ ਵਿੱਚ ਗਾਲਾਂ ਆਮ ਜੀ ਗੱਲ ਆ ਬਿਲਕੁਲ ਜਿੱਦਾਂ ਪਾਰਟਸ ਔਫ ਸਪੀਚ ਹੁੰਦੇ ਨਾ ਨਾਊਨ ਪ੍ਰਨਾਊਨ ਐਡਜੈਕਟਿਵਸ ਅੱਠ ਪਾਰਟਸ ਔਫ ਸਪੀਚ ਨੇ ਮੇਰੇ ਹਿਸਾਬ ਨਾਲ ਨੌਵਾਂ ਪਾਰਟ ਔਫ ਸਪੀਚ ਅਸੀਂ ਗਾਲਾਂ ਬਣਾ ਲਿਆ ਬਿਲਕੁਲ ਬਿਲਕੁਲ ਇਹ ਤੋਂ ਬਿਨਾਂ ਸਾਨੂੰ ਲੱਗਦਾ ਸਾਡੇ ਵਾਕ ਸਾਡੇ ਅੰਤਰੇ ਅਧੂਰੇ ਨੇ ਬਿਲਕੁਲ ਇਹ ਤੇ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਇਹਦੇ ਨਾਲ ਹੀ ਨੌਜਵਾਨ ਜਿਹੜੇ ਨੇ ਉਹ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਨੇ ਜਾਂ ਡਿਪੈਂਡੈਂਸੀਜ਼ ਨੇ ਦੂਸਰਿਆਂ ਦੇ ਉੱਤੇ ਅਤੇ ਉਹ ਇੱਕ ਕੋਈ ਵੀ ਨੌਜਵਾਨ ਜੇ ਗਾਲਾਂ ਨਹੀਂ ਕੱਢਦਾ ਉਹਨੂੰ ਲੱਗਦਾ ਹੋਏਗਾ ਵੀ ਮੈਂ ਥੋੜ੍ਹਾ ਗਰੁੱਪ ਤੋਂ ਅਲੱਗਦਾ ਹੋ ਗਿਆ ਸਾਈਡ 'ਤੇ ਹਾਂ ਮੈਂ ਉਸ ਗਰੁੱਪ 'ਚ ਨਹੀਂ ਮਿਕਸ ਹੋ ਰਿਹਾ ਉਹ ਵੀ ਪਾਰਟ ਬਹੁਤ ਜ਼ਿਆਦਾ ਇਹਦੇ ਵਿੱਚ ਆਉਂਦਾ ਹੈ ਵੀ ਅਸੀਂ ਗਾਲਾਂ ਅਤੇ ਗਾਲਾਂ ਦਾ ਮੇਨ ਮੋਟਿਵ ਵੀ ਦੇਖਿਆ ਜਾਵੇ ਅਤੇ ਗਾਲਾਂ 'ਤੇ ਗੁੱਸਾ ਤਾਂ ਆਪਣਾ ਨੋਰਮਲੀ ਆਉਣਾ ਹੀ ਚਾਹੀਦਾ ਆ ਜਾਂਦਾ ਹੀ ਨੈਚੁਰਲ ਹਿਊਮਨ ਬਿਹੇਵੀਅਰ ਹੈ ਆਪਣਾ ਗੁੱਸਾ ਆਉਂਦਾ ਪਰ ਗਾਲਾਂ ਜਿਹੜੀਆਂ ਅਸੀਂ ਕੱਢਦੇ ਹਾਂ ਉਹਦਾ ਮੋਟਿਵ ਜਿਹੜਾ ਵਾ ਉਹ ਗੁੱਸਾ ਜ਼ਾਹਿਰ ਕਰਨਾ ਨਹੀਂ ਹੁੰਦਾ ਜੇ ਜ਼ਾਹਿਰ ਕਰਨਾ ਵੀ ਆ ਉਸਦਾ ਮੋਟਿਵ ਅਤੇ ਪਹਿਲਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਗਾਲਾਂ ਇੰਨੀਆਂ ਨੋਰਮਲਾਈਜ਼ਡ ਹੋ ਗਈਆਂ ਨੇ ਕਿ ਦੋਸਤ ਭਰਾ ਮਾਂ ਬਾਪ ਆਪਣੇ ਬੱਚੇ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ ਬਿਲਕੁਲ ਆਪਾਂ ਚੀਜ਼ਾਂ ਨੂੰ ਗਾਲਾਂ ਕੱਢ ਦਿੰਦੇ ਹਾਂ ਆ ਸਾਲਾ ਕੱਪ ਕਿੱਥੇ ਪਿਆ ਯੇ ਵੋ ਇਹ ਸਾਰੀਆਂ ਚੀਜ਼ਾਂ ਇੰਨੀ ਜ਼ਿਆਦਾ ਨੋਰਮਲਾਈਜ਼ਡ ਬਿਲਕੁਲ ਗਾਲਾਂ ਹੋ ਗਈਆਂ ਵੀ ਗੁੱਸਾ ਜ਼ਾਹਿਰ ਕਰਨ ਤੋਂ ਬਿਨਾਂ ਵੀ ਜਿੱਦਾਂ ਪਹਿਲਾਂ ਕਿਹਾ ਨਾ ਪਾਰਟਸ ਆਫ ਸਪੀਚ ਬਣ ਗਿਆ ਸਾਨੂੰ ਲੱਗਦਾ ਵੀ ਇਹ ਕੱਢਣੀਆਂ ਪੈਣੀਆਂ ਅਤੇ ਪਰ ਜੇ ਗੁੱਸਾ ਜ਼ਾਹਿਰ ਵੀ ਕੀਤਾ ਜਾਣਾ ਹੋਵੇ ਅਤੇ ਸਾਡੀਆਂ ਜਿਹੜੀਆਂ ਗਾਲਾਂ ਨੇ ਜਿਹੜੀਆਂ ਅਸੀਂ ਕੱਢਦੇ ਹਾਂ ਉਹ ਜੇ ਮੈਂ ਐਕਸ ਨੂੰ ਕੁਛ ਕਹਿਣਾ ਬਿਲਕੁਲ ਅਤੇ ਗੁੱਸਾ ਐਕਸ 'ਤੇ ਨਹੀਂ ਜਾਂਦਾ ਉਹਦੀ ਮਾਂ ਜਾਂ ਉਹਦੀ ਭੈਣ ਜਾਂ ਉਹਦੀ ਧੀ ਜਾਂ ਉਹਦੀ ਵਹੁਟੀ 'ਤੇ ਜਾਂਦਾ ਬਿਲਕੁਲ ਸਹੀ ਗੱਲ ਕਹੀ ਤੁਸੀਂ ਹਮੇਸ਼ਾ ਹੀ ਗਾਲਾਂ ਕਿਸੇ ਫੀਮੇਲ ਨੂੰ ਨੀਚਾ ਦਿਖਾਉਣ ਦੇ ਲਈ ਹੁੰਦੀਆਂ ਉਹਨਾਂ ਦੇ ਲਾਂਚਲ 'ਤੇ ਕਿਚੜ ਠਾਉਣਾ ਹੁੰਦਾ ਮੇਨ ਮੋਟਿਵ ਉਹਨਾਂ ਦੇ ਹੀ ਹੁੰਦਾ ਕੋਈ ਵੀ ਗਾਲ ਲੈ ਲਈਏ ਵੀ ਮਾਂ ਭੈਣ ਦੀ ਆਪਾਂ ਕੱਢਦੇ ਹਾਂ ਅਤੇ ਕਿਸੇ ਨਾਲ ਲੜਾਈ ਹੋਈ ਹੈ ਅਤੇ ਉਹਨੂੰ ਗਾਲ ਨਹੀਂ ਕੱਢੀ ਜਾਊਗੀ ਬਿਲਕੁਲ ਗਾਲ ਉਹਦੇ ਮਾਤਾ ਮਾਂ ਨੂੰ ਭੈਣ ਨੂੰ ਜਾਂ ਕੋਈ ਫੀਮੇਲ ਜੋ ਵੀ ਹੋਏ ਉਹਨਾਂ ਨੂੰ ਕੱਢੀ ਜਾਂਦੀ ਉਹਨਾਂ ਨੂੰ ਕੱਢੀ ਜਾਂਦੀ ਔਰ ਕਈ ਗਾਲਾਂ ਤਾਂ ਇੰਨੀਆਂ ਜ਼ਿਆਦੀਆਂ ਡੀਮੋਰਲਾਈਜ਼ਡ ਕਰ ਦਿੱਤਾ ਗਿਆ ਸਾਨੂੰ ਕਹਿ ਲਓ ਵੀ ਜਿੱਦਾਂ ਦੋ ਗਾਲਾਂ ਨੇ ਸਾਲਾ ਅਤੇ ਮਾਮਾ ਇਹ ਤਾਂ ਇੰਨੀਆਂ ਇਹਨਾਂ ਦਾ ਕੋਈ ਸ਼ਾਇਦ ਮਤਲਬ ਨਹੀਂ ਸੋਚਦਾ ਵੀ ਮਤਲਬ ਕੀ ਨਿਕਲਦਾ ਇਹਦੇ ਪਿੱਛੇ ਮੈਂ ਤੁਹਾਨੂੰ ਗੱਲ ਦੱਸਦਾ ਪੰਜਾਬ ਦੇ ਵਿੱਚ ਅਸੀਂ ਵਰਕਸ਼ਾਪਸ ਕਰ ਰਹੇ ਸੀਗੇ ਅਤੇ ਇੱਕ ਟੀਮ ਅਪ ਦੀ ਵਰਕਸ਼ਾਪ ਆ ਹਾਊ ਟੂ ਬੀ ਅ ਜੈਂਟਲਮੈਨ ਕਿਉਂਕਿ ਉਹਦਾ ਸ਼ੁਰੂ ਇਸ ਲਈ ਕੀਤੀ ਕਿਉਂਕਿ ਔਰਤਾਂ ਦੇ ਖਿਲਾਫ ਕ੍ਰਾਈਮ ਵੱਧਦਾ ਪਿਆ ਸਾਡੀ ਕਮਿਊਨਿਟੀ ਵਿੱਚ ਜਾਂ ਕਹਿ ਲਓ ਕਿ ਉਹ ਕ੍ਰਾਈਮ ਸਾਹਮਣੇ ਆ ਰਿਹਾ ਅਸੀਂ ਸੋਚਿਆ ਕਿ ਆਪਾਂ ਔਰਤਾਂ ਨੂੰ ਦੱਸਦੇ ਹਾਂ ਇੱਦਾਂ ਰਹੋ ਕਿ ਉਹਨਾਂ ਮੁੰਡਿਆਂ ਨੂੰ ਵੀ ਦੱਸੀਏ ਵੀ ਤੁਹਾਡਾ ਕੀ ਫਰਜ਼ ਬਣਦਾ ਬਿਲਕੁਲ ਅਤੇ ਉਹ ਵਰਕਸ਼ਾਪ ਕਰ ਰਹੇ ਹਾਂ ਅਤੇ ਨੌਵੀਂ ਦਸਵੀਂ ਕਲਾਸ ਦੇ ਬੱਚੇ ਸੀਗੇ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਉਹ ਗੱਲ ਕਰਨ ਲੱਗਾ ਜਿਹੜੀ ਕਿਸੇ ਟੀਚਰ ਨੇ ਨਹੀਂ ਕੀਤੀ ਅੱਜ ਤੱਕ ਹਾਂਜੀ ਮੈਂ ਕਿਹਾ ਤੁਸੀਂ ਤੁਹਾਡੇ ਵਿੱਚੋਂ ਗਾਲਾਂ ਕੌਣ ਕੌਣ ਕੱਢਦਾ ਉਹ ਬੜੇ ਹੈਰਾਨ ਪਰੇਸ਼ਾਨ ਵੀ ਇਹ ਕਿਹੋ ਜਿਹਾ ਸਵਾਲ ਪੁੱਛ ਲਿਆ ਸਾਡੇ ਟੀਚਰ ਨੇ ਅਤੇ ਉਹ ਕਿਸੇ ਨੇ ਹੱਥ ਨਹੀਂ ਖੜਾ ਕੀਤਾ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਮੈਂ ਜਦੋਂ ਤੁਹਾਡੀ ਏਜ 'ਚ ਸੀ ਐਕਚੁਅਲੀ ਤੁਹਾਡੇ ਤੋਂ ਵੀ ਯੰਗਰ ਸੀ ਜਦੋਂ ਮੈਂ ਗਾਲਾਂ ਕੱਢਣ ਲੱਗ ਪਿਆ ਇਹ ਸੀਗਾ ਵੀ ਮੈਂ ਆਪਣੇ ਘਰ ਦੀ ਕਮਿਊਨਿਟੀ ਵਿੱਚ ਘਰ ਦੇ ਇਨਵਾਇਰਮੈਂਟ ਵਿੱਚ ਨਹੀਂ ਸੀ ਕੱਢਦਾ ਬਿਲਕੁਲ ਕਿਉਂਕਿ ਮੈਂ ਉੱਥੋਂ ਨਹੀਂ ਸੀ ਸਿੱਖੀਆਂ ਜਿਹੜੇ ਬੱਚੇ ਘਰ ਦੇ ਇਨਵਾਇਰਮੈਂਟ 'ਚੋਂ ਸਿੱਖਦੇ ਹੋਣਗੇ ਜਿਸ ਘਰ ਵਿੱਚ ਗਾਲਾਂ ਕੱਢੀਆਂ ਜਾਂਦੀਆਂ ਹੋਣਗੀਆਂ ਉਸ ਘਰ ਦੇ ਬੱਚੇ ਘਰ ਵਿੱਚ ਗਾਲਾਂ ਕੱਢਣਗੇ ਇਹ ਆਮ ਸਾਨੂੰ ਵੇਖਣ ਨੂੰ ਮਿਲਦਾ ਬਿਲਕੁਲ ਪਰ ਖੈਰ ਜਦੋਂ ਮੈਂ ਬੱਚਿਆਂ ਨੂੰ ਦੱਸਿਆ ਕਿ ਮੈਂ ਵੀ ਗਾਲਾਂ ਕੱਢਦਾ ਰਿਹਾ ਅਤੇ ਫਿਰ ਸਾਰਿਆਂ ਨੇ ਹੱਥ ਖੜੇ ਕਰਤੇ ਵੀ ਮੈਂ ਆਪਾਂ ਵੀ ਗਾਲਾਂ ਕੱਢਦੇ ਸੇਫ ਮਹਿਸੂਸ ਕੀਤਾ ਥੋੜ੍ਹਾ ਜਿਹਾ ਵੀ ਜੈਂਟਲਮੈਨ ਦਾ ਆਪਾਂ ਲੈਕਚਰ ਲਾ ਰਹੇ ਹਾਂ ਹਾਊ ਟੂ ਬੀ ਅ ਜੈਂਟਲਮੈਨ ਉਹਨੂੰ ਲੱਗਾ ਵੀ ਅਸੀਂ ਸ਼ੋਅ ਕਰੀਏ ਪਰ ਜਦੋਂ ਆਪਣਾ ਪੱਖ ਰੱਖਿਆ ਤੁਸੀਂ ਚੰਗਾ ਲੱਗਾ ਚਲੋ ਅਸੀਂ ਵੀ ਸੱਚ ਦੱਸ ਸਕਦੇ ਹਾਂ ਅਸੀਂ ਸੱਚ ਦੱਸ ਸਕਦੇ ਹਾਂ ਪਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਗਾਲਾਂ ਯੂਜਲੀ ਉੱਦਾਂ ਇਨਸਿਕਿਉਰਿਟੀ ਦਾ ਰੀਜ਼ਨ ਬਣ ਜਾਂਦੀਆਂ ਵੀ ਨਾ ਕੱਢੋ ਤਾਂ ਆਪਾਂ ਇਨਸਿਕਿਉਰ ਮਹਿਸੂਸ ਕਰਦੇ ਹਾਂ ਅਤੇ ਐਨੀਵੇ ਮੈਂ ਬੱਚਿਆਂ ਨੂੰ ਕਿਹਾ ਕਿ ਓਕੇ ਜੋ ਮੈਂ ਸੋਚਿਆ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ ਉਹੀ ਮੈਂ ਤੁਹਾਨੂੰ ਚਾਹੁੰਦਾ ਕਿ ਸੋਚੋ ਅੱਖਾਂ ਬੰਦ ਕਰੋ ਅਤੇ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਕੋਈ ਦੋਸਤ ਆਪਸ ਵਿੱਚ ਗਾਲਾਂ ਕੱਢਦਾ ਅਕਸਰ ਹੀ ਹੁੰਦਾ ਵੀ ਦੋਸਤ ਇੱਕ ਦੂਜੇ ਨੂੰ ਗਾਲਾਂ ਕੱਢਦੇ ਰਹਿੰਦੇ ਬਿਲਕੁਲ
ਜੇ ਤੁਸੀਂ ਇੱਕ ਦੂਸਰੇ ਨੂੰ ਗਾਲ ਕੱਢਦੇ ਹੋ ਤੇ ਉਹ ਤੁਹਾਡਾ ਦੋਸਤ ਅੱਗਿਓਂ ਕੀ ਕਰਦਾ? ਉਹ ਕਹਿੰਦੇ ਕਿ ਉਹ ਸਾਨੂੰ ਗਾਲ ਕੱਢਦਾ। ਮੈਂ ਕਿਹਾ ਚਲੋ ਫੋਰ ਐਗਜ਼ਾਮਪਲ ਉਹ ਮਾਂ ਦੀ ਗਾਲ ਕੱਢਦਾ, ਤੁਸੀਂ ਅੱਗਿਓਂ ਕੀ ਕਰਦੇ ਹੋ? ਬੱਚੇ ਕਹਿੰਦੇ ਇਹ ਵੀ ਮਾਂ ਦੀ ਗਾਲ ਕੱਢਦੇ। ਮੈਂ ਕਿਹਾ ਅੱਛਾ ਠੀਕ ਹੈ, ਹੁਣ ਅੱਖਾਂ ਬੰਦ ਕਰੋ ਤੇ ਹੁਣ ਸੋਚੋ ਕਿ ਤੁਸੀਂ ਬੈਠੇ ਬਿਠਾਏ ਕਹਿ ਕੀ ਰਹੇ ਹੁੰਦੇ ਹੋ, ਤੁਹਾਡੀਆਂ ਗਾਲਾਂ ਦਾ ਅੰਡਰਲਾਈਨ ਮੀਨਿੰਗ ਕੀ ਆ, ਪਿਕਚਰਾਈਜ਼ ਕੀਤਾ ਜਾਵੇ ਉਸਨੂੰ। ਤੇ ਮੈਂ ਕਿਹਾ ਜੇ ਉਹ ਸਾਰੀ ਜੋ ਵੀ ਪਿਕਚਰਾਈਜ਼ੇਸ਼ਨ ਆ, ਜੇ ਮੈਨੂੰ ਕੋਈ ਉਹ ਡਾਇਰੈਕਟਲੀ ਕਹਿ ਦੇ ਕਿ ਮੇਰਾ ਕਰੈਕਟਰ ਇੱਦਾਂ ਦਾ ਆ, ਮੈਂ ਤਾਂ ਰੋਹ ਨਾਲ ਭਰ ਜੂੰਗਾ। ਬਿਲਕੁਲ। ਤੇ ਹੋ ਸਕਦਾ ਵਾਇਲੈਂਟ ਵੀ ਹੋ ਜਾਣ, ਇਹ ਵੀ ਹੋ ਸਕਦਾ। ਇਹ ਤੇ ਗਾਲਾਂ ਤੇ ਉਹੀ ਆ ਵੀ, ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਜਿੰਨਾ ਚਿਰ ਤੱਕ ਅਸੀਂ ਅੰਦਰੋਂ ਰੀਅਲਾਈਜ਼ ਨਹੀਂ ਕੀਤਾ ਇਸ ਚੀਜ਼ ਨੂੰ, ਇਹ ਤੇ ਸਬੱਬੀ ਕੱਢੀ ਜਾ ਰਹੇ ਆ। ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਵੀ ਇਹ ਸਾਡੀ ਲੈਂਗੁਏਜ ਦਾ ਇੱਕ ਪਾਰਟ ਹੋ ਚੁੱਕਾ। ਹਾਂਜੀ, ਸਾਡੀ ਰੋਜ਼ ਬੋਲਣ ਤੇ ਆਮ ਜਿਹੀਆਂ ਗੱਲਾਂ ਚੀਜ਼ਾਂ ਨੂੰ ਵਸਤੂਆਂ ਨੂੰ ਆਪਾਂ ਕਹਿ ਦਿੰਦੇ ਹਾਂ, ਰੀਅਲਾਈਜ਼ ਹੀ ਨਹੀਂ ਕਰ ਰਹੇ, ਸੋਚ ਹੀ ਨਹੀਂ ਰਹੇ ਅਸਲ ਦੇ ਵਿੱਚ ਵੀ। ਇੱਕ ਵਾਰ ਧਿਆਨ ਨਾਲ ਲਾ ਕੇ ਬਹਿ ਕੇ ਠੰਡੇ ਦਿਮਾਗ ਨਾਲ ਸੋਚਿਆ ਜਾਵੇ ਵੀ ਮੈਂ ਕਹਿ ਕੀ ਰਿਹਾ, ਇਹਦਾ ਮਤਲਬ ਕੀ ਹੈ। ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ 'ਚ ਇੰਨੀ ਹਿੰਮਤ ਹੋ ਗਈ ਵੀ ਇਸ ਚੀਜ਼ ਨੂੰ ਪਿਕਚਰਾਈਜ਼ ਕਰ ਸਕੇ ਜਿਹਨੂੰ ਉਹ ਕਹਿ ਰਿਹਾ। ਬਸ ਕਹਿਣ ਦੀ ਹਿੰਮਤ ਆ, ਅਸੀਂ ਕਹਿ ਦਿੰਦੇ ਹਾਂ। ਬਿਲਕੁਲ। ਆਈ ਮੀਨ ਆਹ ਜਿਹੜੇ ਬੱਚੇ ਸੀਗੇ ਜਿਹਨਾਂ ਨਾਲ ਆਪਾਂ ਵਰਕਸ਼ਾਪ ਕਰ ਰਹੇ, ਇਹਨਾਂ ਵਿੱਚੋਂ ਜੋ ਨੌਵੀਂ ਦਸਵੀਂ 'ਚ ਹੁੰਦੇ ਨਾ ਬੱਚੇ, ਬੜਾ ਖੂਨ ਗਰਮ ਹੋ ਰਿਹਾ ਹੁੰਦਾ ਉਹਨਾਂ ਦਾ, ਬੜੇ ਬਦਮਾਸ਼ ਬਣ ਰਹੇ ਹੁੰਦੇ, ਨਵੀਂ ਨਵੀਂ ਜਵਾਨੀ ਆਈ ਹੁੰਦੀ ਹੈ। ਬਿਲਕੁਲ। ਤੇ ਉਹ ਕਈ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਸਮਝਦੇ ਸੀਗੇ ਨਾ, ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆਇਆ ਦੇਖਿਆ ਮੈਂ, ਜਦੋਂ ਉਹਨਾਂ ਨੂੰ ਫੋਰਸਿਬਲੀ ਉਹਨਾਂ ਨੂੰ ਕਿਹਾ ਕਿ ਇੱਕ ਮਿੰਟ ਬਹਿ ਕੇ ਰੀਅਲਾਈਜ਼ ਕਰੋ ਕਹਿ ਕੀ ਰਹੇ ਹਾਂ ਅਸੀਂ, ਕਰ ਕੀ ਰਹੇ ਹਾਂ ਅਸੀਂ। ਬਿਲਕੁਲ। ਗਾਲਾਂ ਦਾ ਮੇਨ ਉਦੇਸ਼ ਜਿੱਦਾਂ ਸ਼ੁਰੂ 'ਚ ਆਪਾਂ ਗੱਲ ਕਹਿ ਰਹੇ ਸੀ ਤੁਸੀਂ ਵੀ ਕਿਸੇ ਨੂੰ ਗੁੱਸਾ ਜ਼ਾਹਿਰ ਕਰਨਾ, ਉਹ ਤਾਂ ਜ਼ਰੂਰੀ ਆ ਅਸੀਂ, ਕਿਉਂਕਿ ਨੈਚੁਰਲ ਹਿਊਮਨ ਬਿਹੇਵੀਅਰ ਆ, ਗੁੱਸਾ ਆਇਆ ਕਿਸੇ ਨੂੰ ਆਪਾਂ ਜ਼ਾਹਿਰ ਕਰ ਦੇਵਾਂਗੇ। ਸ਼ਾਂਤ ਹੋਣਾ ਕਿਸੇ ਲਈ ਪੂਰਾ ਹੀ ਨਿਰਮਾਣ ਹੋਣਾ, ਉਹ ਵੀ ਇੱਕ ਐਸਪੈਕਟ ਹੈਗਾ, ਪਰ ਨੈਚੁਰਲੀ ਨੋਰਮਲ ਹਿਊਮਨ ਬੀਂਗਸ ਗੁੱਸਾ ਜ਼ਾਹਿਰ ਕਰਨਾ ਆਮ ਗੱਲ ਹੈ। ਅਤੇ ਉਹ ਗਾਲ ਗੁਰਬਾਣੀ 'ਚ ਵੀ ਆਉਂਦਾ, ਜਿੱਦਾਂ ਗੁਰਬਾਣੀ 'ਚ ਤੁੱਕਾਂ ਆਉਂਦੀਆਂ, ਗੁਰਬਾਣੀ ਤਾਂ ਐਕਚੁਅਲੀ ਕਹਿੰਦੀ ਆ ਵੀ ਆਪਾਂ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਵੀ ਅਸੀਂ ਜਦੋਂ ਫਿੱਕਾ ਹੀ ਬੋਲਦੇ ਹਾਂ, ਕਿਸੇ ਨੂੰ ਵੀ ਕੁਛ ਕਹਿੰਦੇ ਹਾਂ ਤਾਂ ਸਾਡਾ ਆਪਣਾ ਆਪ ਹੀ ਫਿੱਕਾ ਹੋ ਰਿਹਾ, ਅਸੀਂ ਦੂਸਰੇ ਦਾ ਨੁਕਸਾਨ 'ਤੇ ਕੀ ਕਰਨਾ, ਆਪਣਾ ਨੁਕਸਾਨ ਬਹੁਤ ਜ਼ਿਆਦਾ ਕਰ ਰਹੇ ਹਾਂ। ਅਤੇ ਸੱਚਮੁੱਚ ਗੱਲ ਆ ਵੀ ਜਦੋਂ ਆਪਾਂ ਬਾਹਰ ਵਿਚਰਦੇ ਹਾਂ ਕਿਸੇ ਨਾਲ ਗੱਲ ਵੀ ਕਰਾਂਗੇ, ਅਤੇ ਸਾਡਾ ਜੋ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਆਪਾਂ ਬੋਲਦੇ ਹਾਂ, ਉਹਦੇ ਬੇਸ ਦੇ ਉੱਤੇ ਸਾਡਾ ਆਚਰਨ ਦੇਖਿਆ ਜਾਂਦਾ ਵੀ ਸਾਡਾ ਕਰੈਕਟਰ ਕੀ ਹੈ। ਪਹਿਲਾ ਇੰਪਰੈਸ਼ਨ ਤੇ ਪਹਿਲਾ ਇੰਪਰੈਸ਼ਨ, ਇੰਗਲਿਸ਼ 'ਚ ਕਹਾਵਤ ਨਹੀਂ ਆਉਂਦੀ, ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ, ਵੀ ਪਹਿਲਾ ਹੀ ਪ੍ਰਭਾਵ ਸਭ ਤੋਂ ਐਂਡਲਾ ਹੀ ਪ੍ਰਭਾਵ ਬਣ ਜਾਂਦਾ। ਉਹਦੇ ਬੇਸ 'ਤੇ ਤੁਹਾਡੇ ਬਾਰੇ ਸਾਰੀਆਂ ਗੱਲਾਂ ਜਨਰਲਾਈਜ਼ ਕਰ ਦਿੱਤੀਆਂ ਜਾਂਦੀਆਂ ਵੀ ਤੁਸੀਂ ਕਿੱਦਾਂ ਦਾ ਇਨਸਾਨ ਜੇ, ਕੀ ਤੁਹਾਡੇ ਕੀ ਸੋਚਦੇ ਜੇ, ਉਹਦੇ ਤੋਂ ਸਭ ਕੁਛ ਨਿਕਲ ਆਉਂਦਾ। ਬਿਲਕੁਲ ਬਿਲਕੁਲ। ਹੁਣ ਜੇ ਆਪਾਂ ਜਿਹੜੇ ਸਾਡੇ ਸੈਲੀਬ੍ਰੇਟਿਡ ਲੋਕ ਨੇ, ਕ੍ਰਿਕਟ 'ਚ ਲੈ ਲਓ, ਪੋਲੀਟਿਕਸ 'ਚ ਲੈ ਲਓ, ਜਿਹੜੇ ਵੀ ਟੌਪ 'ਤੇ ਜਾਂਦੇ ਨੇ, ਉਹ ਜਦੋਂ ਵੀ ਟੌਪ 'ਤੇ ਪਹੁੰਚਦੇ ਨੇ, ਉਹਨਾਂ ਨੇ ਫਸਟ ਸਪੀਚ ਦੇਣੀ ਹੁੰਦੀ ਹੈ ਇੱਕ। ਬਿਲਕੁਲ। ਪਹੁੰਚ ਕੇ ਅਤੇ ਜੇ ਉਹ ਫਸਟ ਸਪੀਚ 'ਤੇ ਜਾ ਕੇ ਗਾਲਾਂ ਕੱਢਣ ਲੱਗ ਪੈਣ, ਤੇ ਉਹਨਾਂ ਨੂੰ ਕਿੰਨਾ ਕੁ ਅਸੀਂ ਪਿਆਰ ਕਰਾਂਗੇ, ਕਿੰਨਾ ਕੁ ਉਹਨਾਂ ਦਾ ਕਰੈਕਟਰ ਅਸੀਂ ਵਧੀਆ ਸਮਝਾਂਗੇ। ਬਿਲਕੁਲ। ਪੁਲਿਸ ਵਾਲਿਆਂ ਦਾ ਕਰੈਕਟਰ ਐਕਚੁਅਲੀ ਅਤੇ ਮਾਸਟਰਾਂ ਦਾ ਕਰੈਕਟਰ ਅਕਸਰ ਇਸ ਗੱਲ, ਉਹਨਾਂ ਦੀ ਜਦੋਂ ਵੀ ਕਰੈਕਟਰ ਦੀ ਗੱਲ ਹੁੰਦੀ ਨਾ, ਅਤੇ ਆਮ ਲੋਕ ਕਹਿ ਦਿੰਦੇ ਇਹਨਾਂ ਦੀ ਬੋਲੀ ਬੜੀ ਗੰਦੀ ਆ। ਬਿਲਕੁਲ। ਅਤੇ ਸਾਰੇ ਪੁਲਿਸ ਵਾਲੇ, ਸਾਰੇ ਮਾਸਟਰ ਇੱਕੋ ਨਹੀਂ ਹੁੰਦੇ, ਪਰ ਜ਼ਿਆਦਾਤਰ ਇਹ ਗੱਲ ਕਹੀ ਜਾਂਦੀ ਆ। ਜਿੱਦਾਂ ਹੁਣ ਮੇਰੇ ਪਾਪਾ ਹੀ ਨੇ, ਉਹ ਦੱਸਦੇ ਹੁੰਦੇ ਆ ਕਿ ਜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਸਾਡੇ ਮਾਸਟਰ ਸਾਨੂੰ ਕਿੰਨੀਆਂ ਗੰਦੀਆਂ ਗਾਲਾਂ ਕੱਢਦੇ ਰਹੇ। ਮੈਂ ਕਈ ਆਪ ਖੁਦ ਟੀਚਰ ਦੇਖੇ ਨੇ, ਪੁਲਿਸ ਵਾਲੇ ਬਹੁਤ ਸਾਰੇ ਦੇਖੇ, ਚੰਗੇ ਵੀ ਦੇਖੇ ਨੇ, ਪਰ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਸਾਡੀ ਜਿੱਦਾਂ ਤੁਸੀਂ ਕਿਹਾ ਵੀ ਬੋਲੀ ਤੋਂ ਸਾਡੇ ਕਰੈਕਟਰ ਦਾ ਪਤਾ ਲੱਗ ਜਾਂਦਾ। ਬਿਲਕੁਲ। ਸਾਡਾ ਕਰੈਕਟਰ ਹੀ ਸਭ ਤੋਂ ਵਧੀਆ ਹੋਣਾ ਚਾਹੀਦਾ। ਗੁਰਬਾਣੀ ਸੇਧ ਦਿੰਦੀ, ਮੰਦਾ ਕਿਸੇ ਨਾ ਆਖੀਐ ਭੜਕ ਰਿਹੋ ਬੁੱਝੀਐ। ਅਤੇ ਗੁਰਬ ਇਹ ਵੀ ਦੂਸਰੀ ਜਗ੍ਹਾ ਇਹ ਵੀ ਲਿਖਿਆ ਵਾ ਵੀ ਅਸੀਂ ਜੇ ਗੁੱਸਾ ਜ਼ਾਹਿਰ ਕਰਨਾ ਅਤੇ ਅਸੀਂ ਗੁੱਸਾ, ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਕੁੱਤੇ ਤੱਕ ਕਿਹਾ, ਰਾਜੇ ਸ਼ੀ ਮੁਕੱਦਮ ਕੁੱਤੇ, ਗਲਤ ਨੂੰ ਗਲਤ ਤਾਂ ਕਹਿਣਾ, ਗਲਤ ਨੂੰ ਗਲਤ ਕਹਿਣਾ ਜਿਹਦੇ 'ਤੇ, ਪਰ ਉਹ ਜਿਹਨੂੰ ਕਹਿਣਾ ਵਾ, ਜਿਹਦੇ ਨਾਲ ਗੁੱਸਾ ਵਾ ਉਹਨੂੰ ਕਹਿਣਾ। ਇਹ ਪਰ ਆਪਣਾ ਰਾਜਿਆਂ ਦੀ ਮਾਂ ਨੂੰ ਜਾਂ ਭੈਣ ਨੂੰ ਜਾਂ ਧੀ ਨੂੰ ਨਹੀਂ ਕਿਹਾ ਕੁਛ, ਸਗੋਂ ਉਹਨਾਂ ਨੂੰ ਜੇ ਸੰਬੋਧਨ ਵੀ ਕੀਤਾ ਤੇ ਉਹਨਾਂ ਨੇ ਇਹ ਕਿਹਾ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾ। ਬਿਲਕੁਲ। ਹਨਾ, ਉਹ ਔਰਤ ਨੂੰ ਰਿਸਪੈਕਟ ਜਿਹੜੀ ਸੀਗੀ
ਉਹ ਦੇਣ ਦੀ ਬਜਾਏ ਅਸੀਂ ਕੀ ਕਰ ਰਹੇ ਉਤੋਂ ਕਿ ਆਪਣਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਘਰਾਂ ਦੇ ਵਿੱਚ ਹੀ ਆਮ ਇਨਵਾਇਰਮੈਂਟ ਹੈ ਗਾਲਾਂ ਦਾ ਤੇ ਇਹ ਘਰੋਂ ਹੀ ਜੇ ਸਿੱਖਣ ਨੂੰ ਮਿਲ ਜਾਣ ਤੇ ਘਰੋਂ ਹੀ ਸਾਰੇ ਬੋਲਦੇ ਹੋ ਤੇ ਬੰਦਾ ਫਰੀਲੀ ਜਿਹੜੇ ਬੱਚੇ ਨੇ ਉਹ ਸੋਚਦੇ ਆ ਵੀ ਮੇਰੇ ਪਿਤਾ ਜੀ ਬੋਲਦੇ ਨੇ ਸਾਰੇ ਵੱਡੇ ਵੱਡਿਆਂ ਤੋਂ ਸਿੱਖਣ ਨੂੰ ਮਿਲਦਾ ਸੀ ਕਹਿੰਦੇ ਵੱਡੇ ਜੋ ਕਰਨਗੇ ਅਸੀਂ ਉਹ ਕਰਨਾ ਵਧੀਆ ਚੀਜ਼ ਬਣ ਜਾਂਦੀ ਆ ਕੋਈ ਉਹਦੇ ਚ ਐਸਾ ਮਹਿਸੂਸ ਨੀ ਹੁੰਦਾ ਵੀ ਬੁਰਾ ਹੋ ਰਿਹਾ ਹੁਣ ਅਸੀਂ ਕੋਈ ਚੀਜ਼ ਕਰਨੀ ਆ ਤੇ ਜੇ ਅਸੀਂ ਉਹ ਸਮਝਦੇ ਬੁਰੀ ਆ ਉਹ ਤਾਂ ਕਰਕੇ ਬੁਰੀ ਆ ਵੀ ਸਾਡੇ ਜਿਹੜੇ ਵੱਡੇ ਨੇ ਉਹਨਾਂ ਨੂੰ ਚੰਗੀ ਨਹੀਂ ਲੱਗੇਗੀ ਤੇ ਬੁਰੀ ਚੀਜ਼ ਆ ਤਾਂ ਅਸੀਂ ਰੁੱਖ ਛਿਪ ਕੇ ਕਰਦੇ ਜਾਂ ਉਹਨੂੰ ਜਾਂ ਕਿਸੇ ਹੋਰ ਤਰੀਕੇ ਨਾਲ ਕਰਦੇ ਤੇ ਜੇ ਕਿਸੇ ਨੂੰ ਪਸੰਦ ਹੀ ਨਹੀਂ ਆ ਮੇਰੇ ਹਿਸਾਬ ਦੇ ਨਾਲ ਤੇ ਇਸ ਚੀਜ਼ ਨੂੰ ਫਿਰ ਸਾਨੂੰ ਗਾਲਾਂ ਦੇ ਵਿਸ਼ੇ ਦੇ ਵਿੱਚ ਪੂਰੀ ਤਰ੍ਹਾਂ ਪ੍ਰਪੱਖ ਹੋਣਾ ਚਾਹੀਦਾ ਵੀ ਜੇ ਕੱਢਣੀਆਂ ਨੇ ਜੇ ਚੰਗੀ ਗੱਲ ਐਕਸੈਪਟ ਕਰਨਾ ਇਹਨੂੰ ਪੇਰੈਂਟਸ ਟੀਚਰਸ ਮੀਟਿੰਗ ਸੀਗੀ ਤੇ ਉਹ ਮਾਂ ਪਿਓ ਨਾ ਆ ਕੇ ਪ੍ਰਿੰਸੀਪਲ ਨੂੰ ਆ ਕੇ ਸ਼ਿਕਾਇਤ ਲਾ ਰਹੇ ਕਹਿੰਦੇ ਵੀ ਸਾਡਾ ਬੱਚਾ ਘਰ ਚ ਜਾ ਕੇ ਗਾਲਾਂ ਬਹੁਤ ਕੱਢਦਾ ਤੇ ਪ੍ਰਿੰਸੀਪਲ ਸਰ ਕਹਿੰਦੇ ਵੀ ਅਸੀਂ ਤੇ ਇੱਥੇ ਕੋਈ ਕੋਰਸ ਲਾਇਆ ਨਹੀਂ ਗਾਲਾਂ ਦਾ ਤੇ ਉਹ ਅੱਗਿਓਂ ਪੇਰੈਂਟਸ ਥੋੜਾ ਗੁੱਖਾ ਵਾ ਹੋ ਗਏ ਤੇ ਉਹ ਪੇਰੈਂਟਸ ਕਹਿੰਦੇ ਵੀ ਕੀ ਮਤਲਬ ਤੁਹਾਡਾ ਉਹ ਕਹਿੰਦੇ ਵੀ ਤੁਸੀਂ ਆਪਣੇ ਘਰ ਚ ਗਾਲਾਂ ਕੱਢਦੇ ਹੋ ਕਹਿੰਦੇ ਹਾਂਜੀ ਅਸੀਂ ਤੇ ਕੱਢਦੇ ਹਾਂ ਪਰ ਅਸੀਂ ਤੇ ਵੱਡੇ ਹਾਂ ਤੇ ਇਹਦੇ ਦਾਦਾ ਜੀ ਵੀ ਕੱਢ ਦਿੰਦੇ ਤੇ ਫਿਰ ਉਹਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ ਇੱਕ ਕਹਿੰਦੇ ਵੀ ਬੱਚੇ ਉਹ ਨਹੀਂ ਕਰਦੇ ਜੋ ਤੁਸੀਂ ਕਹਿੰਦੇ ਹੋ ਬੱਚੇ ਉਹ ਕਰਦੇ ਆ ਜੋ ਤੁਸੀਂ ਕਰਦੇ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਤੇ ਪੇਰੈਂਟਸ ਜਾਂ ਕੋਈ ਵੀ ਜਾਣਾ ਇਸ ਗੱਲ ਨਾਲ ਅਗਰੀ ਨਹੀਂ ਕਰੂਗਾ ਵੀ ਆਪਾਂ ਗਾਲਾਂ ਦਾ ਸਬਜੈਕਟ ਲਾ ਦਈਏ ਇਹਨਾਂ ਦੀਆਂ ਵਰਡਸ ਰੂਟ ਸਮਝਾਈਏ ਬੱਚਿਆਂ ਨੂੰ ਇਹਨਾਂ ਦੀ ਪ੍ਰੋਨੰਸੀਏਸ਼ਨ ਸਿਖਾਈਏ ਬੱਚਿਆਂ ਨੂੰ ਹਾਂ ਕਿਹੜੀ ਕਿਸਮ ਦਾ ਕਿਹੜੀ ਜਗ੍ਹਾ ਤੇ ਵਰਤਣੀ ਕਿਸ ਟੌਪਸ ਕਿਸ ਸਮੇਂ ਕਿਹੜੀ ਵਰਤੀ ਜਾਣੀ ਹੈ ਉਹਦੇ ਬਾਰੇ ਚੰਗੀ ਤਰ੍ਹਾਂ ਪਤਾ ਪਰ ਕਿਸੇ ਨੂੰ ਮਨਜ਼ੂਰ ਨਹੀਂ ਹੈ ਗੱਲ ਸੁਣਨ ਚ ਵੀ ਚੰਗੀ ਨਹੀਂ ਲੱਗਦੀ ਈਵਨ ਜਿੱਦਾਂ ਹੁਣ ਇੱਕ ਪੰਜਾਬੀ ਲਿਟਰੇਚਰ ਦੇ ਵਿੱਚ ਉਰਦੂ ਲਿਟਰੇਚਰ ਦੇ ਇੱਕ ਰਾਈਟਰ ਹੋਇਆ ਮੰਟੋ ਸਾਦਤ ਹਸਨ ਮੰਟੋ ਉਹਨੇ ਐਕਚੁਅਲੀ ਜੋ ਲੋਕਾਂ ਦਾ ਡਿਸਕੋਰਸ ਸੀਗਾ ਨਾ ਉਹੀ ਜੋ ਜਿੱਦਾਂ ਉਹ ਗੱਲਬਾਤ ਕਰਦੇ ਸੀ ਉਹੀ ਚੁੱਕ ਕੇ ਉਹਨੇ ਲਿਟਰੇਚਰ ਵਿੱਚ ਪਾ ਦਿੱਤੀ ਲੋਕ ਗਾਲਾਂ ਕਰਦੇ ਸੀ ਉਹਨੇ ਗਾਲਾਂ ਲਿਖ ਦਿੱਤੀਆਂ ਪਰ ਉਸਦੇ ਲਿਟਰੇਚਰ ਨੂੰ ਗੰਦਾ ਲਿਟਰੇਚਰ ਕਹਿ ਦਿੱਤਾ ਗਿਆ ਉਸਨੂੰ ਜੇਲ ਕਰ ਦਿੱਤੀ ਗਈ ਉਸਨੂੰ ਮਤਲਬ ਐਕਸੈਪਟ ਨਹੀਂ ਕੀਤਾ ਗਿਆ ਪਰ ਉਹਨੇ ਕਿਹਾ ਕਿ ਮੈਂ ਆਪਣੇ ਵੱਲੋਂ ਨਹੀਂ ਲੈ ਕੇ ਰਿਹਾ ਜੋ ਤੁਸੀਂ ਕਹਿ ਰਹੇ ਹੋ ਉਹੀ ਮੈਂ ਲੈ ਕੇ ਰਿਹਾ ਤੇ ਜੇ ਮੇਰਾ ਲਿਟਰੇਚਰ ਗੰਦਾ ਫਿਰ ਸਾਡੀ ਸੋਸਾਇਟੀ ਗੰਦੀ ਜੋ ਸੋਸਾਇਟੀ ਨੇ ਸਿਖਾਇਆ ਮੈਂ ਉਹ ਕਰ ਰਿਹਾ ਤੇ ਬੰਦਾ ਸੋਸਾਇਟੀ ਤੋਂ ਹੀ ਸਿੱਖ ਰਿਹਾ ਇਹ ਸਾਡੇ ਤੇ ਨਿਰਭਰ ਕਰਦਾ ਵੀ ਅਸੀਂ ਅਗਲੀ ਜਨਰੇਸ਼ਨ ਨੂੰ ਕਿੱਦਾਂ ਦੇ ਬਣਾਉਣਾ ਚਾਹੁੰਦੇ ਅਸੀਂ ਵੱਡੇ ਹਾਂ ਇਸ ਸਮੇਂ ਤੇ ਜੇ ਸਾਡੇ ਤੋਂ ਛੋਟੀ ਇਹ ਗੱਲ ਸਮਝ ਜਾਣ ਤੇ ਵੱਡੇ ਵੀ ਸਮਝ ਜਾਣ ਅਸੀਂ ਵੀ ਸਮਝ ਜਾਈਏ ਅਸੀਂ ਵੀ ਸਮਝ ਜਾਵਾਂਗੇ ਜਨਰੇਸ਼ਨ ਕਿੰਨਾ ਜ਼ਿਆਦਾ ਫਰਕ ਪੈ ਜਾਏਗਾ ਇਹਦੇ ਵਿੱਚ ਤੇ ਕਿੰਨਾ ਜ਼ਿਆਦਾ ਵਧੀਆ ਇੰਪਰੈਸ਼ਨ ਪਏਗਾ ਤੇ ਕਿਸ ਤਰੀਕੇ ਨਾਲ ਆਪਾਂ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਚਲੋ ਜੀ ਆਪਾਂ ਉਮੀਦ ਕਰਦੇ ਹਾਂ ਕਿ ਸਾਡੀ ਗੱਲਬਾਤ ਨੇ ਕੋਈ ਪੋਜ਼ਿਟਿਵ ਤੁਹਾਨੂੰ ਦਿੱਤਾ ਹੋਊਗਾ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਅਣਜਾਣ ਬੱਚੇ ਸਮਝ ਕੇ ਸਾਨੂੰ ਮਾਫ਼ ਕਰਨਾ ਸਾਨੂੰ ਜ਼ਰੂਰ ਦੱਸਣਾ ਅਸੀਂ ਕਿਵੇਂ ਬਿਹਤਰ ਕਰ ਸਕਦੇ ਹਾਂ